ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ, ਮਾਤਾ ਜੀ ਨੇ ਬੜੇ ਔਖੇ ਹੋ ਕੇ ਪਾਲਿਆ ਇਹਨਾਂ ਨੂੰ। ਕੁਛ ਪਿੰਡ ਵਾਲੇ ਵੀ ਸੀ, ਕੁਛ ਬਾਹਰ ਵਾਲੇ ਵੀ ਸੀਗੇ। ਜਿਹਨਾਂ ਨਾਲ ਇਹਦਾ ਬਹਿਸ ਬਸਾਈ ਆ, ਉਹਨਾਂ ਨੇ ਗੱਡੀ ਮੂਹਰੇ ਜਾ ਕੇ ਲਈ ਰੋਕੀ ਆ। ਕੁਝ ਗੱਡੀ ਦਾ ਕਰਕੇ ਜਿੱਦਾਂ ਓਵਰਟੇਕ ਕਰਨ ਤੋਂ ਗੱਡੀ ਖੜ੍ਹੀ ਸੀ ਜੀ, ਉਸ ਤੋਂ ਬਾਅਦ ਮਾੜੀ ਮੋਟੀ ਗੱਲ ਹੋਈ। ਉਸ ਤੋਂ ਬਾਅਦ ਉਹ ਜ਼ਿਆਦਾ ਜਾਣੇ ਸੀ ਜੀ, ਉਹਨਾਂ ਨੇ ਬੇਸਬਾਲ ਦੇ ਨਾਲ ਸਿਰ ਦੇ ਵਿੱਚ ਇੱਟਾਂ ਮਾਰੀਆਂ, ਸੱਟਾਂ ਮਾਰੀਆਂ ਜੀ, ਇਕੱਲੇ ਨੂੰ ਦੇਖ ਕੇ ਜੀ। ਵਿੱਚ ਸੜਕ ਤੇ ਸ਼ਰਿਆ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਦੀ ਇਹ ਵਾਇਰਲ ਵੀਡੀਓ ਦੇਖੋ, ਜਿਸ 'ਚ ਤੇਜ਼ ਧਾਰ ਹਥਿਆਰਾਂ, ਬੇਸਬਾਲ ਬੈਟ ਅਤੇ ਡੰਡਿਆਂ ਨਾਲ ਲੈਸ ਇਕੱਲੇ ਨੌਜਵਾਨ ਤੇ ਹਮਲਾ ਕਰਦੇ ਇਹ ਗੁੰਡੇ, ਜਿਨ੍ਹਾਂ ਨੂੰ ਇਨਸਾਨ ਕਹਿਣਾ ਇਨਸਾਨੀਅਤ ਦੀ ਤੌਹੀਨ ਹੋਵੇਗੀ। ਇਹ ਵੈਸ਼ੀ ਦਰਿੰਦੇ ਕਿਸੇ ਹੋਰ ਤੇ ਨਹੀਂ, ਬਲਕਿ ਕਾਰ ਓਵਰਟੇਕ ਕਰਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਬੇਕਸੂਰ ਪੁਲਿਸ ਮੁਲਾਜ਼ਮ ਨੌਜਵਾਨ ਤੇ ਬੁਰੀ ਤਰ੍ਹਾਂ ਹਮਲਾ ਕਰ ਰਹੇ ਨੇ, ਜਿਸ ਦੀ ਅੱਜ 3 ਮਹੀਨੇ ਕੋਮਾ 'ਚ ਰਹਿਣ ਤੋਂ ਬਾਅਦ ਮੌਤ ਹੋ ਗਈ ਹੈ। ਹਿਲਾ ਕੇ ਰੱਖ ਦੇਣ ਵਾਲਾ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ਨੇੜੇ ਦਾ। ਕਰੀਬ 3 ਮਹੀਨੇ ਪਹਿਲਾਂ 15 ਅਕਤੂਬਰ ਨੂੰ ਕਾਂਸਟੇਬਲ ਪਰਮਿੰਦਰ ਸਿੰਘ ਡਿਊਟੀ ਦੌਰਾਨ ਆਪਣੀ ਨਿੱਜੀ ਕਾਰ 'ਚ ਨਕੋਦਰ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਤਲਵੰਡੀ ਮਹਿਮਾ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ 'ਚ ਪਿੱਛੇ ਆ ਰਹੇ ਕਾਰ ਚਾਲਕ ਨਾਲ ਇਸ ਦੀ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਪਰਮਿੰਦਰ ਉੱਥੋਂ ਚਲਾ ਗਿਆ। ਪਰ ਦੂਜੇ ਕਾਰ ਚਾਲਕ ਨੇ ਮੋਬਾਈਲ ਰਾਹੀਂ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਰਾਹ 'ਚ ਇਸ ਨੂੰ ਘੇਰ ਬੁਰੀ ਤਰੀਕੇ ਨਾਲ ਇਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਥਾਣਾ ਕੋਤਵਾਲੀ ਵਿਖੇ ਤਾਇਨਾਤ ਹੌਲਦਾਰ ਨਵਦੀਪ ਸਿੰਘ ਨੇ ਜਦੋਂ ਸੀਨ ਦੇਖਿਆ ਤਾਂ ਉਸ ਨੇ ਜ਼ਖਮੀ ਹੋਏ ਪਰਮਿੰਦਰ ਨੂੰ ਬਚਾਉਣ ਦੇ ਲਈ ਆਪਣੀ ਕਾਰ 'ਚ ਬਿਠਾ ਕੇ ਸਿਵਲ ਹਸਪਤਾਲ ਆਉਣਾ ਸ਼ੁਰੂ ਕਰ ਦਿੱਤਾ, ਪਰ ਹਮਲਾਵਰਾਂ ਨੇ ਉਸ 'ਤੇ ਵੀ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਹੀ ਇੱਕ ਰਾਹਗੀਰ ਮਨਪ੍ਰੀਤ ਸਿੰਘ ਨੇ ਵੀ ਜਦੋਂ ਅੱਗੇ ਆ ਬਚਾਓ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਗੁੰਡਿਆਂ ਦਾ ਸ਼ਿਕਾਰ ਹੋ ਗਿਆ। ਬੁਰੀ ਤਰ੍ਹਾਂ ਜ਼ਖਮੀ ਕਾਂਸਟੇਬਲ ਪਰਮਿੰਦਰ ਸਿੰਘ ਅਤੇ ਰਾਹਗੀਰ ਮਨਪ੍ਰੀਤ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਪਰ ਅੱਜ 3 ਮਹੀਨੇ ਬਾਅਦ ਪਰਮਿੰਦਰ ਦੀ ਮੌਤ ਹੋ ਗਈ। ਪਰਮਜੀਤ ਸਿੰਘ ਜੀ, ਗੱਡੀ ਨੂੰ ਓਵਰਟੇਕ ਲੈ ਕੇ ਜੀ ਕੁਝ ਦਿਨ 3 ਕੁ ਮਹੀਨੇ ਪਹਿਲਾਂ, ਤੇ ਕੁਝ ਅਨਸਰ ਵੱਲੋਂ ਨਸ਼ੇ ਵਾਲਿਆਂ ਵੱਲੋਂ ਮੇਰੇ ਭਰਾ ਦੇ ਸੱਟਾਂ ਮਾਰੀਆਂ ਗਈਆਂ। ਜਦੋਂ 3 ਮਹੀਨੇ NHS ਇਲਾਜ ਚੱਲਦਾ ਰਿਹਾ ਤੇ ਹੁਣ ਛੁੱਟੀ ਮਿਲ ਗਈ ਸੀ ਘਰੇ ਹੀ, ਤੇ ਉਸ ਤੋਂ ਬਾਅਦ ਉਹ ਪੂਰੇ ਹੋ ਜਾਂਦੇ ਆ। ਤੇ ਅਸੀਂ ਸਰਕਾਰ ਵੱਲੋਂ ਇਹੀ ਕਰਦੇ ਹਾਂ ਕਿ ਸਾਨੂੰ ਜਿਹੜਾ ਜਿਹਨਾਂ ਨੇ ਸੱਟਾਂ ਮਾਰੀਆਂ ਉਹਨਾਂ ਸਾਰਿਆਂ ਨੂੰ ਫੜਿਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਉਹਨਾਂ ਚੱਕਰ ਅਸੀਂ ਸੰਸਕਾਰ ਨਹੀਂ ਉਹ ਕਰਨਾ ਤੇ ਜਿੰਨਾ ਚੱਕਰ ਉਹ ਸਾਰੇ ਫੜੇ ਨਹੀਂ ਜਾਂਦੇ। ਬੰਦੇ 2-3 ਹੋਏ ਆ, ਉਸ ਤੋਂ ਬਾਅਦ ਜਮਾਨਤ ਦੇ ਬਾਹਰ ਆ ਗਿਆ ਜੀ। ਉਹ ਕਪੂਰਥਲਾ CA ਸਟਾਫ ਸੀ ਜੀ। ਕੁਝ ਗੱਡੀ ਦਾ ਕਰਕੇ ਜਿੱਦਾਂ ਓਵਰਟੇਕ ਕਰਨ ਤੋਂ ਗੱਡੀ ਖੜ੍ਹੀ ਸੀ ਜੀ, ਉਸ ਤੋਂ ਬਾਅਦ ਮਾੜੀ ਮੋਟੀ ਗੱਲ ਹੋਈ। ਉਸ ਤੋਂ ਬਾਅਦ ਉਹ ਜ਼ਿਆਦਾ ਜਾਣੇ ਸੀ ਜੀ, ਉਹਨਾਂ ਨੇ ਬੇਸਬਾਲ ਦੇ ਨਾਲ ਸਿਰ ਦੇ ਵਿੱਚ ਇੱਟਾਂ ਮਾਰੀਆਂ, ਸੱਟਾਂ ਮਾਰੀਆਂ ਜੀ, ਇਕੱਲੇ ਨੂੰ ਦੇਖ ਕੇ ਜੀ। ਇਹੀ ਆ ਜੀ, ਸਾਰੇ ਫੜਨੇ ਫੜੇ ਹੋਣੇ ਚਾਹੀਦੇ ਆ ਜੀ, ਜੇਲ੍ਹ ਦੇ ਵਿੱਚ ਆ ਕੇ ਜਿਹੜੀ ਸਾਡੇ ਨਾਲ ਹੋਈ ਆ ਉਹ ਕਿਸੇ ਹੋਰ ਨਾਲ ਨਾ ਹੋਵੇ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਦੀਪ ਸਿੰਘ ਜੀ। ਕਿਹੜੇ ਪਿੰਡ ਤੋਂ? ਪਿੰਡ ਧੰਦਲ ਤੋਂ, ਸਰਪੰਚ ਹੈ ਜੀ, ਮੇਰੀ ਵਾਈਫ ਸਰਪੰਚ ਹੈ। ਬਿਲਕੁਲ, ਕੀ ਕਹਿਣਾ ਚਾਹੋਗੇ ਜਿਹੜੀ ਆ ਮੰਦਭਾਗੀ ਜਿਹੜੀ ਘਟਨਾ? ਬਹੁਤ ਮਾੜਾ ਮੰਦਭਾਗੀ ਹੋਇਆ ਜੀ, ਬਹੁਤ ਜ਼ਿਆਦਾ ਮਾੜਾ। ਸਭ ਤੋਂ ਨੇਕ, ਸਭ ਤੋਂ ਸੁੱਚਾ ਬੰਦਾ ਸੀ ਪਿੰਡ 'ਚ ਸਾਡੀ, ਇਹ ਕਿਸੇ ਨਾਲ ਕੋਈ ਇਹਦੀ ਅਣਬਣ ਨਹੀਂ ਸੀ, ਕੁਛ ਵੀ ਨਹੀਂ ਸੀਗਾ ਜੀ। ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ, ਮਾਤਾ ਜੀ ਨੇ ਬੜੇ ਔਖੇ ਹੋ ਕੇ ਪਾਲਿਆ ਇਹਨਾਂ ਨੂੰ ਜੀ। ਘਰ ਦੇ ਵਿੱਚ ਗਰੀਬੀ ਵੀ ਬਹੁਤ ਸੀਗੀ, ਹੁਣ ਇਹਨਾਂ 'ਤੇ ਵੀ ਪੈਸਾ ਬਹੁਤ ਲੱਗਾ ਆ, ਬਹੁਤ ਜ਼ਿਆਦਾ ਲੱਗਾ ਆ। ਉਹਨਾਂ ਨੇ ਆਪਣੇ NHS ਸੀਗੇ ਜਲੰਧਰ। ਕੀ ਕਾਰਨ ਕੀ ਬਣਿਆ, ਕੀ ਹੋਇਆ ਸੀ? ਕੀ ਬਣੀ ਗੱਲ? ਇਹਨਾਂ ਦਾ ਕੋਈ ਗੱਡੀ ਤੋਂ ਝਗੜਾ ਹੋਇਆ ਸੀਗਾ ਜੀ, ਇੱਥੇ ਕਪੂਰਥਲੇ ਹੋਇਆ ਸੀਗਾ ਜੀ। ਕਿੱਥੇ ਹੋਇਆ ਝਗੜਾ? ਇਹ ਫਾਟਕ ਦੇ ਲਾਗੇ ਛਾਗੇ ਹੋਇਆ ਸੀਗਾ ਜੀ। ਕਿਹੜਾ ਪਿੰਡ ਸੀ? ਇੱਥੇ ਆਪਣਾ ਸਬਜ਼ੀ ਮੰਡੀ ਲਾਗੇ ਫਾਟਕ ਆ ਜੀ, ਕਾਲਾ ਸਿੰਘੀਆ ਫਾਟਕ। ਉੱਥੇ ਕੋਈ ਬਹਿਸ ਬਸਾਈਆ ਹੋਇਆ ਸੀਗਾ ਇਹਨਾਂ ਦਾ, ਸਾਈਡ ਸੂਟ ਤੋਂ ਹੋ ਗਿਆ ਸੀਗਾ ਜੀ। ਉਸ ਤੋਂ ਬਾਅਦ ਵਿੱਚ ਇਹਦੀ ਗੱਡੀ ਤਲਵੰਡੀ ਜਾ ਕੇ ਰੋਕੀ ਗਈ ਹੈ ਜੀ। ਕੁਛ ਪਿੰਡ ਵਾਲੇ ਵੀ ਸੀ, ਕੁਛ ਬਾਹਰ ਵਾਲੇ ਵੀ ਸੀਗੇ। ਜਿਹਨਾਂ ਨਾਲ ਇਹਦਾ ਬਹਿਸ ਬਸਾਈ ਆ, ਉਹਨਾਂ ਨੇ ਗੱਡੀ ਮੂਹਰੇ ਜਾ ਕੇ ਇਹਨੀ ਰੋਕੀ ਆ, ਰੋਕ ਕੇ ਤੇ ਇਹਨਾਂ ਨਾਲ ਕਾਫੀ ਕੁੱਟਮਾਰ ਹੋਈ ਆ। ਕਿੰਨੇ ਬੰਦੇ ਸੀਗੇ ਜੀ ਰੋਕਣ ਵਾਲੇ? ਰੋਕਣ ਵਾਲੇ ਤਾਂ ਕਾਫੀ ਸੀਗੇ ਜੀ, ਬਹੁਤ ਜ਼ਿਆਦਾ ਜੀ, ਸਾਰੇ ਦੱਸ ਰਹੇ। ਇੱਟਾਂ ਰੋੜੇ ਕਾਫੀ ਚੱਲੇ ਆ, ਬਹੁਤ ਕੁਛ ਹੋਇਆ ਜੀ ਉੱਥੇ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਕੁਛ ਜਮਾਨਤ ਤੇ ਬਾਹਰ ਆਏ ਆ ਜੀ, ਉਹਨਾਂ ਨੂੰ ਅਰੈਸਟ ਦੁਬਾਰਾ ਕੀਤਾ ਜਾਵੇ। ਜਿਹੜੇ ਹਲੇ ਤੱਕ ਅਰੈਸਟ ਨਹੀਂ ਕੀਤੇ, ਸ਼ਾਇਦ 5 ਕੁ ਜਾਣੇ ਅਰੈਸਟ ਹੋਏ ਆ, ਬਾਕੀ 13 ਜਾਣਿਆਂ 'ਤੇ 22 ਨੇ ਪਰਚਾ ਹੈ ਜੀ।
ਬਾਕੀ ਹਲੇ ਤੱਕ ਕੋਈ ਅਰੈਸਟ ਨਹੀਂ ਹੋਇਆ। ਅਸੀਂ ਇਹ ਮੰਗ ਕਰਦੇ ਵੀ ਉਹਨਾਂ ਨੂੰ ਅਰੈਸਟ ਜਲਦੀ ਤੋਂ ਜਲਦੀ ਕੀਤਾ ਜਾਵੇ, ਔਰ ਜੇ ਉਹ ਅਰੈਸਟ ਨਾ ਹੋਏ, ਘਰ ਦੀ ਮੰਗ, ਸਾਡੇ ਪਿੰਡ ਵਾਲਿਆਂ ਦੀ ਮੰਗ, ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਫਿਰ ਧਰਨਾ ਲਾਵਾਂਗੇ। ਜੋ ਵੀ ਮਾਹੌਲ ਖਰਾਬ ਹੋਊਗਾ ਉਹ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਕੋਈ ਸਮਾਂ ਦਿੱਤਾ ਜੀ ਪੁਲਿਸ ਪ੍ਰਸ਼ਾਸਨ ਨੂੰ? 2 ਦਿਨ ਦਾ ਜੀ। 2 ਦਿਨ ਦਾ? ਹਾਂਜੀ, 2 ਦਿਨ ਦਾ। 2 ਦਿਨ ਬਾਅਦ ਨਹੀਂ ਫੜੇ ਜਾਂਦੇ ਫਿਰ ਅਸੀਂ ਧਰਨਾ ਲਾਵਾਂਗੇ। ਜੋ ਵੀ ਸਾਡੇ ਕੋਲ ਹੋਇਆ ਅਸੀਂ ਉਹ ਕਰਾਂਗੇ, ਉਹਦੇ ਜ਼ਿੰਮੇਵਾਰ ਪ੍ਰਸ਼ਾਸਨ। ਇਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਆ ਕਿ ਜਿਹੜੇ ਇੰਨੀ ਦੇਰ ਹੋ ਗਈ ਘਟਨਾ ਹੋਈ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਰਹਿੰਦੇ ਮੁਜਰਮ ਸੀ ਉਹ ਫੜੇ, ਕਿਹਨੂੰ ਸਮਝਦੇ ਹੋ? ਇਹਦੇ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਵੀ ਹੋ ਸਕਦੀ ਹੈ। ਮੰਗ ਅਸੀਂ ਤਾਂ ਕਹਿੰਦੇ ਵੀ ਜਿਹੜਾ ਵੀ ਹੈ ਉਹਦੇ ਉਸ ਵਾਰਦਾਤ ਦੇ ਵਿੱਚ ਹੈਗਾ ਜੀ, ਕੋਈ ਵੀ ਹੈਗਾ ਆ, ਠੀਕ ਹੈ ਜੀ, ਉੱਥੇ ਪੂਰੀ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ। ਔਰ ਇੱਥੋਂ ਤੱਕ ਸੀਗਾ ਪਿੰਡ ਨੇ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਛਡਾਇਆ। ਕੁਛ ਸਾਡੇ ਇਲਾਕੇ ਦੇ ਬੰਦੇ ਸੀਗੇ ਉੱਥੇ ਜੀ, ਜਿਨ੍ਹਾਂ ਨੇ ਖੜ੍ਹ ਕੇ ਤਮਾਸ਼ਾ ਦੇਖਿਆ, ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਵੀ ਤੁਸੀਂ ਉਹਨੂੰ ਬਚਾ ਲਓ ਜਾਂ ਉਹਦੇ ਸੱਟ ਵੱਜਣ ਦੀ ਜਾਂ ਕੁਛ, ਕਿਸੇ ਨੇ ਨਹੀਂ ਬਚਾਇਆ ਜੀ। ਸਾਡੇ ਕੋਂਸਟੇਬਲ ਪਰਮਿੰਦਰ ਸਿੰਘ ਆ ਜੋ ਕਿ ਪਿੰਡ ਧੰਦਲ ਤੋਂ ਬਿਲੋਂਗ ਕਰਦਾ ਸੀ, ਜੋ 15-10-22 ਦੀ ਗੱਲ ਆ ਉਹਦੀ ਕੁੱਟਮਾਰ ਕੀਤੀ ਸੀ ਤਲਵੰਡੀ ਵਹਿਮਾ, ਤਾਂ 13 ਬੰਦਿਆਂ 'ਤੇ ਮੁਕੱਦਮਾ ਦਰਜ ਹੋਇਆ ਸੀ, ਜਿਸ 'ਚੋਂ 6 ਦੇ ਕਰੀਬ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸੀ, ਜੋ ਪਰਮਿੰਦਰ ਦੀ ਅੱਜ ਦੌਰਾਨੇ ਇਲਾਜ ਜਿਹੜੀ ਸਵੇਰੇ ਮੌਤ ਹੋ ਚੁੱਕੀ ਹੈ। ਜੀ 6 ਬੰਦੇ ਔਲਰੇਡੀ ਕਸਟਡੀ 'ਚ ਨੇ, ਬਾਕੀ ਜਿਹੜੇ 7 ਰਹਿੰਦੇ ਨੇ ਉਹਨਾਂ ਦੀ ਫਰਦਰ ਰੇਡਸ ਕੀਤੀਆਂ ਨੇ। ਹੁਣ ਅਸੀਂ ਇਹਦੇ ਵਿੱਚ ਵਾਧਾ ਜੁਰਮ 302 ਦਾ ਕਰ ਰਹੇ ਹਾਂ। ਟੋਟਲ ਕਿੰਨੇ ਬੰਦੇ ਨੂੰ ਹੋਊਗਾ? 13 ਬੰਦਿਆਂ 'ਤੇ 22 ਨੇਮ ਪਰਚਾ ਦਰਜ ਹੈ ਜੀ, ਬਾਕੀ ਅਨਨੋਨ ਨੇ। ਨਹੀਂ ਜੀ, ਰੋਡ 'ਤੇ ਅਚਾਨਕ ਜਾਂਦਿਆਂ ਆਪਸ 'ਚ ਹੋ ਗਈ ਸੀ ਇਹਨਾਂ ਦੀ ਬਹਿਸ, ਉਹਦੇ ਦੌਲਤ 'ਤੇ ਮੁਕੱਦਮਾ ਦਰਜ ਹੋਇਆ। ਖੈਰ, ਪੁਲਿਸ ਨੇ 302 ਦਾ ਵਾਧਾ ਜੁਰਮ ਕਰ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਬਾਕੀਆਂ ਦੀ ਤਲਾਸ਼ 'ਚ ਜੁੱਟ ਗਈ ਹੈ। ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ।